ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰੋ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੀ ਅੱਜ ਕਿ ਮਈ ਸਵੇਰ ਤੋਂ ਲੈ ਕੇ ਅੱਜ ਰਾਤ ਤੱਕ ਕੀ ਕੀ ਮੌਸਮੀ ਹਲਚਲ ਪੰਜਾਬ ਦੇ ਵਿੱਚ ਹੋ ਸਕਦੀ ਹੈ ਕਿ ਅੱਜ ਦਿਨ ਦੇ ਸਮੇਂ ਮੀਂਹ ਪੈਣ ਦੇ ਅਸਰ ਹੋਣਗੇ ਜਾਂ ਨਹੀਂ ਸੋ ਜਿਵੇਂ ਕਿ ਕੱਲ ਆਪਾਂ ਰਾਤ ਦੀ ਅਪਡੇਟ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਮੀਂਹ ਦੇਖਣ ਨੂੰ ਮਿਲੂਗਾ ਕੁਝ ਇਲਾਕਿਆਂ ਵਿੱਚ ਬੱਦਲੀ ਗਰਜ ਚਮਕ ਤੇ ਤੇਜ਼ ਹਵਾਵਾਂ ਮ ਹਨੇਰੀ ਨੂੰ ਵਹਾਵਾਵਾਂ ਚੱਲਣਗੀਆਂ ਤਾਂ ਉਸੇ ਤਰ੍ਹਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਹਲਕੇ ਤੋਂ ਲੈ ਕੇ ਦਰਮਿਆਨਾ ਤੇ ਇੱਕ ਦੋ ਭਾਗਾਂ ਦੇ ਕੁਝ ਭਾਗ ਅਜੇ ਵੀ ਰਹੇ ਨੇ ਜਿਨ੍ਹਾਂ ਵਿੱਚ ਅਨੁਮਾਨ ਦੇ ਨਾਲੋਂ ਜ਼ਿਆਦਾ ਥੋੜਾ ਜਿਆ ਤੇਜ਼ ਮੀਂਹ ਵੀ ਦੇਖਣ ਨੂੰ ਮਿਲਿਆ ਹੈ ਤੁਸੀਂ ਹੀ ਪ੍ਰੀ ਮੌਨਸੂਨ ਦਾ ਸੀਜ਼ਨ ਹੁੰਦਾ ਹੈ ਜਿਹਦੇ ਵਿੱਚ ਜਿਹੜਾ ਮੌਸਮ ਦਾ ਅਨੁਮਾਨ ਲਗਾਉਣਾ ਔਖਾ ਹੋ ਜਾਂਦਾ ਹੈ ਥੋੜਾ ਜਿਹਾ ਪਰ ਦੇਖੀਏ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਮੋਬਾਈਲ ਵੈਦਰ ਐਪਲੀਕੇਸ਼ਨਾਂ ਤਾਂ ਉਸ ਦੇ ਉੱਪਰ ਮੀਂਹ ਇਹ ਬਿਲਕੁਲ ਨਹੀਂ ਦਰਸਾਇਆ ਗਿਆ ਸੀ ਪਰ ਫਿਰ ਵੀ ਆਪਾਂ ਆਪਣੇ ਅਨੁਮਾਨ ਦੇ ਆਧਾਰ ਤੇ ਜੋ ਮੌਸਮੀ ਹਲਚਲਾਂ ਹੋ ਰਹੀਆਂ ਸਨ ਤਾਂ ਉਹਨਾਂ ਦੇ ਆਧਾਰ ਤੇ ਤੁਹਾਨੂੰ ਇਹ ਜਾਣਕਾਰੀ ਰਾਤ ਤੋਂ ਸਾਂਝੀ ਕੀਤੀ ਸੀ ਕਿ ਪੰਜਾਬ ਵਿੱਚ ਰਾਤ ਸਮੇਂ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅੱਧੀ ਰਾਤ ਦੇ ਲਗਭਗ ਤੋਂ ਲੈ ਕੇ ਸਵੇਰ ਤੱਕ ਤਾਂ ਇਸੇ ਤਰ੍ਹਾਂ ਦੀਆਂ ਮੌਸਮੀ ਹਲਚਲਾਂ ਰਾਤ ਸਮੇਂ ਹੋਈਆਂ ਤੇ ਹੁਣ ਜੇ ਆਪਾਂ ਗੱਲ ਕਰੀਏ ਅੱਜ ਸਵੇਰ ਦੀ ਤਾਂ ਸਵੇਰ ਤੋਂ ਜਿਹੜਾ ਪੰਜਾਬ ਦਾ ਮੌਸਮ ਹੈ ਹਲਕੀ ਟੁੱਟਵੀਂ ਬੱਦਲਵਾਈ ਵਾਲਾ ਬਣੇ ਰਹੇਗਾ ਪਰ ਜੋ ਪੰਜਾਬ ਦੇ ਪੱਛਮੀ ਖੇਤਰ ਹੋਣਗੇ ਤਾਂ ਉਹਨਾਂ ਦੇ ਵਿੱਚ ਜਿਹੜਾ ਮੌਸਮ ਥੋੜਾ ਜਿਆਦਾ ਸਾਫ਼ ਹੁੰਦਾ ਵੀ ਆਪਾਂ ਨੂੰ 8-9 ਵਜੇ ਤੋਂ ਨਜ਼ਰ ਆਵੇਗਾ ਧੁੱਪ ਲੱਗਣ ਦੇ ਵੀ ਅਸਰ ਬਣੇ ਰਹਿਣਗੇ ਤੇ ਜੇਕਰ ਆਪਾਂ ਮੀਂਹ ਦੀ ਗੱਲ ਕਰੀਏ ਵੀ ਅੱਜ ਲਗਭਗ ਸਵੇਰ ਦੇ 8-9 ਵਜੇ ਤੋਂ ਲੈ ਕੇ ਆਉਣ ਵਾਲੇ 2-3 ਘੰਟੇ ਤੱਕ ਕਿਸੇ ਇਲਾਕੇ ਵਿੱਚ ਮੀਂਹ ਦੇ ਅਸਰ ਹੋਣਗੇ ਤਾ ਇਸ ਦੇ ਵਿੱਚ ਕੁਝ ਹੁਸ਼ਿਆਰਪੁਰ ਦੇ ਇਲਾਕੇ ਹੁ ਸ਼ਾਮਲ ਹੋ ਸਕਦੇ ਨੇ ਜਿਹੜੇ ਜਿਹੜੇ ਕਿ ਹਿਮਾਚਲ ਦੇ ਕਰੀਬ ਆਉਂਦੇ ਨੇ ਤੇ ਇਸ ਤੋਂ ਇਲਾਵਾ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਫਗਵਾੜਾ ਨਾਲ ਲੱਗਦੇ ਇਲਾਕੇ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਕੁਝ ਜਿਹੜੇ ਉੱਤਰੀ ਭਾਗ ਹੋਣਗੇ ਤੇ ਇੱਕ ਦੋ ਭਾਗ ਕਪੂਰਥਲੇ ਦੇ ਸ਼ਾਮਲ ਹੋ ਸਕਦੇ ਨੇ ਇਸ ਤੋਂ ਇਲਾਵਾ ਨੰਗਲ ਆਨੰਦਪੁਰ ਸਾਹਿਬ ਤੱਕ ਦੇ ਇਲਾਕੇ ਤੇ ਕੁਝ ਜਿਹੜੇ ਪੂਰਬੀ ਪੰਜਾਬ ਦੇ ਇਲਾਕੇ ਹੋਣਗੇ ਜਿਵੇਂ ਚੰਡੀਗੜ੍ਹ ਮੋਹਾਲੀ ਹੋ ਗਿਆ ਤੇ ਇਸ ਤੋਂ ਇਲਾਵਾ ਐਸਬੀਐਸ ਨਗਰ ਤੱਕ ਦੇ ਇਲਾਕੇ ਤਾਂ ਇਨ੍ਹਾਂ ਇਲਾਕਿਆਂ ਦੇ ਕੁਝ ਕੁ ਹਿੱਸਿਆਂ ਵਿੱਚ ਜਿਹੜਾ ਹਲਕਾ ਫੁਲਕਾ ਮੀਂਹ ਮਣੀ ਕਿ ਬੂੰ burada ਤੇ ਬਾਕੀ ਜਿਹੜਾ ਦੱਖਣੀ ਪੰਜਾਬ ਦੇ ਇਲਾਕਿਆਂ ਦੇ ਜਿਹੜੇ ਉਹਨਾਂ ਵਿੱਚ ਮੌਸਮ ਅਡਾ ਜ਼ਿਆਦਾਤਰ ਹਲਕੀ ਫੁਲਕੀ ਬੱਦਲਵਾਈ ਬਣਾ ਬਣਿਆ ਰਹੇਗਾ ਬਰਨਾਲਾ ਸੰਗਰੂਰ ਅਤੇ ਇੱਕ ਦੋ ਭਾਗ ਮਾਨਸੇ ਦੇ ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਇੱਕ ਦੋ ਭਾਗਾਂ ਵਿੱਚ ਹਲਕੀ ਫੁਲਕੀ ਕਣੀ ਦੇਖਣ ਨੂੰ ਮਿਲ ਸਕਦੀਆਂ ਬੂੰਦਾਬੰਦੀਆਂ ਹੋ ਸਕਦੀਆਂ ਨੇ ਪਰ ਕੋਈ ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਦੇ आसार ਨਹੀਂ ਹਨ ਮੌਸਮ ਅਡਾ ਆਉਣ ਵਾਲੇ ਘੰਟਿਆਂ ਵਿੱਚ ਸਾਫ਼ ਹੁੰਦੇ ਹੀ आसार नजर ਆ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਦੁਪਹਿਰ ਤੋਂ ਜਿਹੜਾ ਸ਼ਾਮ ਦਾ ਮੌਸਮ ਹੋਵੇਗਾ ਲਗਭਗ ਸ਼ਾਮ ਤੋਂ ਲੈ ਕੇ ਰਾਤ ਤਾਂ ਉਸ ਦਰਮਿਆਨ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਬੱਦਲੀ ਜਿਹੜੀਆਂ ਕਾਰਵਾਈਆਂ ਦੇ ਤੇ ਆਉਣ ਵਾਲੇ ਲਗਭਗ 12 ਤੋਂ ਲੈ ਕੇ 24 ਘੰਟਿਆਂ ਤੱਕ ਇਹ ਸਿਸਟਮ ਆਪਣਾ ਪ੍ਰਭਾਵ ਵੜਾ ਪਹਾੜੀ ਇਲਾਕਿਆਂ ਉੱਪਰ ਦਿਖਾਉਂਦਾ ਰਹੇਗਾ ਤੇ ਨਾਲ ਪੰਜਾਬ ਦੇ ਵੀ ਕੁਝ ਖੇਤਰਾਂ ਵਿੱਚ ਮੌਸਮੀ ਤਬਦੀਲੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਕੁਝ ਚਾਂਸ ਬਣ ਵੀ ਰਹੇ ਨੇ ਕਿ ਅੱਜ ਸ਼ਾਮ ਅਤੇ ਰਾਤ ਦੇ ਕਰੀਬ ਯਾਨੀ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਫਿਰ ਬੱਦਲਵਾਈ ਬਣ ਸਕਦੀ ਹੈ ਤੇ ਨਾਲ ਕੁਝ ਪੱਗਾਂ ਵੀ ਜਿਹੜੇ ਮੀਂਹ ਦੇ ਹਾਲਾਤ ਇੱਕ ਵਾਰ ਫਿਰ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦੇਖਣ ਨੂੰ ਮਿਲ ਸਕਦੇ ਨੇ ਤੇ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਲਗਭਗ ਪੂਰਬੀ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੀ ਗਤੀ ਆ ਮੱਧਮ ਰਫਤਾਰ ਦੀ ਰਹੇਗੀ ਜਾਨੀ 10 ਤੋਂ ਲੈ ਕੇ 30 ਕਿਲੋਮੀਟਰ ਦੀ ਰਫਤਾਰ ਦੀਆਂ ਹਵਾਵਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਚਲਦੀਆਂ ਰਹਿਣਗੀਆਂ ਤੇ ਜੋ ਦਿਨ ਦਾ ਤਾਪਮਾਨ ਹੈ ਉਹ ਥੋੜਾ ਜਿਹਾ ਔਸਤ ਦੇ ਮੁਕਾਬਲੇ ਥੱਲੇ ਰਹੇਗਾ ਲਗਭਗ 35 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਹੈ 33 ਤੋਂ ਲੈ ਕੇ 36 ਡਿਗਰੀ ਦੇ ਆਸ-ਪਾਸ ਵੱਖ-ਵੱਖ ਇਲਾਕਿਆਂ ਵਿੱਚ ਤਾਪਮਾਨ ਬਣਿਆ ਰਹੇਗਾ ਤੇ ਇਸ ਤੋਂ ਬਾਅਦ ਜਿਹੜੀ ਸ਼ਾਮ ਅਤੇ ਰਾਤ ਦੀ ਨਵੀਂ ਅਪਡੇਟ ਆਵੇਗੀ ਉਹ ਆਪਾਂ ਅਗਲੀ ਵੀਡੀਓ ਵਿੱਚ